ਗਰਮੀ ਦਾ ਮੌਸਮ ਹੈ ਤਾਂ ਇਸੇ ਵਿਚਾਲੇ ਲੋਕ ਵੀ ਜਿਹੜੇ ਨੇ ਗਰਮੀ ਤੋਂ ਬਚਣ ਦੇ ਲਈ ਆਪਣੇ ਘਰਾਂ ਦੇ ਵਿੱਚ ਜ਼ਿਆਦਾਤਰ ਰਹਿਣਾ ਜਿਹੜਾ ਪਸੰਦ ਕਰਦੇ ਨੇ ਜਾਂ ਆਫਿਸ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ। ਪਰ ਲੁਧਿਆਣਾ ਦੇ ਪੌਸ਼ ਏਰੀਆ ਦੁਗਰੀ ਦੇ ਵਿੱਚ ਖੜ੍ਹੇ ਹਾਂ, ਜਿੱਥੇ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਸਾਰਾ ਰੈਜੀਡੈਂਸ਼ੀਅਲ ਏਰੀਆ ਹੈ ਜਿੱਥੇ ਕੋਠੀਆਂ ਨੇ, ਔਰ ਉਸ ਕੋਠੀਆਂ ਦੇ ਲੋਕ ਜਿਹੜੇ ਨੇ ਉਹ ਸੜਕਾਂ 'ਤੇ ਉਤਰੇ ਨੇ ਔਰ ਬਿਜਲੀ ਵਿਭਾਗ ਦੇ ਖਿਲਾਫ ਜਿਹੜਾ ਉਹ ਰੋਸ ਜਿਹੜਾ ਜ਼ਰੂਰ ਵਿਅਕਤ ਕਰ ਰਹੇ ਨੇ। ਤਾਂ ਇਹ ਕਿਹਾ ਜਾ ਸਕਦਾ ਕਿ ਜਿਹੜੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਪੋਸ਼ ਏਰੀਏ ਦੇ ਲੋਕ ਜਿਹੜੇ ਨੇ ਉਹ ਸੜਕਾਂ 'ਤੇ ਉਤਰੇ ਨੇ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕਿਹਾ ਜਾ ਰਿਹਾ ਕਿ ਜਿਹੜੀ ਬਿਜਲੀ ਹੈ ਉਹ ਨਹੀਂ ਆ ਰਹੀ। ਗੱਲਬਾਤ ਵੀ ਕਰਾਂਗੇ ਸਰ, ਅੱਜ ਜਿਹੜਾ ਵਿਰੋਧ ਪ੍ਰਦਰਸ਼ਨ ਕਰ ਰਹੇ ਹੋ ਕੀ ਵਜ੍ਹਾ ਹੈ? ਸਾਡੇ ਬਲੋਕ ਦੇ ਵਿੱਚ 2000 ਬੰਦਾ ਰਹਿੰਦਾ ਜੀ, ਮੈਂਬਰ ਰਹਿੰਦਾ ਵਾ, 125 ਸਕੇਅਰ ਗਜ਼ ਦਾ ਬਲੋਕ ਹੈ। ਇੱਥੇ ਡੇਲੀ ਰੂਟੀਨ ਦੇ ਵਿੱਚ 4 ਤੋਂ ਲੈ ਕੇ 16 ਘੰਟੇ ਲਾਈਟ ਜਾ ਰਹੀ ਹੈ। ਪਿਛਲੇ 3 ਮਹੀਨੇ ਤੋਂ ਅਸੀਂ ਬਹੁਤ ਪਰੇਸ਼ਾਨ ਹੈ। ਸਾਡੇ ਬਜ਼ੁਰਗ ਜਿਹੜੇ ਵਿਚਾਰੇ ਰਾਤ ਨੂੰ ਬਾਹਰ ਆਉਣ ਦੀ ਕੋਸ਼ਿਸ਼ ਕਰਦੇ ਆ, ਉਹ 2-3 ਬਜ਼ੁਰਗ ਗਿਰ ਕੇ ਤਾਂ ਉਹਨਾਂ ਫ੍ਰੈਕਚਰ ਵੀ ਹੋ ਚੁੱਕੇ ਆ। ਅਸੀਂ ਕੰਪਲੇਂਟ ਦਰਜ ਕਰਦੇ ਹਾਂ, ਕੰਪਲੇਂਟ ਬੋਕਸ 'ਚ ਰਹਿ ਜਾਂਦੀ ਹੈ। ਅਸੀਂ ਜਾ ਕੇ ਡਿਪਾਰਟਮੈਂਟ ਜਾਂਦੇ ਹਾਂ, ਬੰਦੇ ਨੂੰ ਬੁਲਾ ਕੇ ਰਿਕੁਐਸਟ ਕਰਕੇ ਹੱਥ ਜੋੜ ਕੇ ਠੀਕ ਕਰਾਉਂਦੇ ਹਾਂ, ਉਸ ਤੋਂ 2 ਘੰਟੇ ਬਾਅਦ ਫਿਰ ਖਰਾਬ ਹੋ ਜਾਂਦੀ ਹੈ। ਸਾਡੇ ਵਜ੍ਹਾ ਕੀ ਹੈ? ਸਾਡੇ ਏਰੀਆ ਲਾਈਟਾਂ ਦੇਖੋ, ਜੇ ਤਾਰਾਂ ਦੇਖੋ, ਵਜ੍ਹਾ ਦੇਖੋ, ਤਾਰਾਂ ਵੱਲ ਨਿਕਲੋ, ਇਹੋ ਜਿਹੀਆਂ ਤਾਰਾਂ ਉਹ ਠੀਕ ਕਰਦੇ ਆ, 2 ਘੰਟੇ ਖਰਾਬ ਹੋ ਜਾਂਦੇ ਆ। ਸੋ ਇਹ ਵੀ ਤਸਵੀਰਾਂ ਨੇ, 2-2 ਟਰਾਂਸਫਾਰਮਰ ਲੱਗੇ ਨੇ ਔਰ ਦੇਖਿਆ ਜਾ ਸਕਦਾ ਕਿ ਜਿਹੜੀਆਂ ਤਾਰਾਂ ਨੇ ਉਸਦੇ ਵੀ ਕੀ ਹਾਲਾਤ ਨੇ, ਕਿਉਂਕਿ ਕੁਝ ਤਾਰਾਂ ਜਿਹੜੀਆਂ ਨੇ ਸੜ ਚੁੱਕੀਆਂ ਨੇ ਤਾਂ ਕੁਝ ਤਾਰਾਂ ਜਿਹੜੀਆਂ ਉਤਰੀਆਂ ਹੋਈਆਂ ਨੇ। ਤਾਂ ਕਿਤੇ ਨਾ ਕਿਤੇ ਲੋਕ ਇਸ ਗੱਲ ਨੂੰ ਲੈ ਕੇ ਵਿਰੋਧ ਜ਼ਰੂਰ ਕਰ ਰਹੇ ਨੇ ਔਰ ਕਿਹਾ ਜਾ ਰਿਹਾ ਕਿ ਬਿਜਲੀ ਨਾ ਆਉਣ ਦੇ ਕਰਕੇ ਜਿਹੜਾ ਪਰੇਸ਼ਾਨ ਨੇ। ਕਿੰਨਾ ਕੁ ਸਮਾਂ ਹੋ ਗਿਆ ਜੀ ਤੁਹਾਨੂੰ ਆਹ ਸਫ਼ਰ ਕਰ ਰਹੇ? ਅਸਲੀ ਪੂਰੀ ਗਰਮੀ ਦੇ ਵਿੱਚ ਤਪਦੇ ਪਏ ਹਾਂ। ਤੁਹਾਡੇ ਏਰੀ ਨੌਲੇਜ ਦੇ ਲਈ ਦੋਸਤੋ ਲਿਆਉਣਾ ਚਾਹੁੰਦਾ ਮੈਂ ਕਿ ਅਸੀਂ ਬਹੁਤ ਹੀ ਪੋਸ਼ ਏਰੀਏ 'ਚ ਰਹਿੰਦੇ ਹਾਂ, ਜਿੱਥੇ ਜਿਉਂਦੇ ਜੀ ਕਿਸੇ ਨੇ ਨਰਕ ਦੇਖਣਾ ਹੋਵੇ ਤਾਂ ਸਾਡੇ ਏਰੀਏ 'ਚ ਇੱਕ ਦਿਨ ਬਿਤਾ ਸਕਦਾ। ਅਸੀਂ ਕੰਪਲੇਂਟ ਦਰਜ ਕਰਦੇ ਹਾਂ, ਕੰਪਲੇਂਟ ਰਜਿਸਟਰਡ ਨਹੀਂ ਹੁੰਦੀ। ਕੰਪਲੇਂਟ ਰਜਿਸਟਰਡ ਹੋ ਜਾਏ, ਜੇਈ ਨੂੰ ਫੋਨ ਕਰਦੇ ਹਾਂ, ਫੋਨ ਨਹੀਂ ਚੱਕਦਾ। SDO ਨੂੰ ਫੋਨ ਕਰਦੇ ਹੋ, SDO ਨਹੀਂ ਚੱਕਦਾ। ਦਵਿੰਦਰ ਸਿੰਘ ਨੂੰ ਅਸੀਂ ਹਰ ਬੰਦਾ ਰਾਤ ਨੂੰ 40-40 ਫੋਨ ਕਰਦਾ, ਦਵਿੰਦਰ ਸਿੰਘ SDO ਜਿਹੜਾ ਬੰਦਾ ਫੋਨ ਟੋਟਲ ਅਵੋਇਡ ਕਰਦਾ, ਉਹ ਇੱਕ ਪਬਲਿਕ ਸਰਵੈਂਟ ਹੈ ਸਾਡੇ ਲਈ, ਉਹ ਸਰਕਾਰੀ ਪਿਓ ਨਹੀਂ ਹੈ ਸਾਡਾ। ਇਸ ਕਰਕੇ ਐਕਸ਼ਨ ਸਾਹਿਬ ਕੋਈ ਫੋਨ ਨਹੀਂ ਚੱਕਦੇ, ਜਿਹੜੇ ਸਾਡੇ ਚੀਫ ਇੰਜੀਨੀਅਰ ਹੈ ਉਹ ਫੋਨ ਨਹੀਂ ਚੱਕਦੇ। ਅਸੀਂ ਜਾਈਏ ਤਾਂ ਜਾਈਏ ਕਿੱਥੇ? ਅੱਜ ਦੀ ਡੇਟ ਦੇ ਵਿੱਚ ਅਸੀਂ ਜਿੰਨਾ ਪਰੇਸ਼ਾਨ ਹੋ ਰਹੇ ਹਾਂ, ਅਸੀਂ ਇੱਕ ਪੋਸ਼ ਏਰੀਏ ਦੇ ਵਿੱਚ ਭਿਅੰਕਰ ਗਰਮੀ ਦੇ ਵਿੱਚ ਦਿਨ ਰਾਤ ਸਾਡੇ ਸਰਕਾਰ 24 ਘੰਟੇ ਬਿਜਲੀ ਦੇਣ ਦਾ ਦਾਅਵਾ ਕਰਦੀ ਹੈ। ਲੱਗਦਾ ਕਿ ਸਰਕਾਰ ਆਪਣੇ ਵੱਲੋਂ ਐਫਰਟ ਕਰ ਰਹੀ ਹੈ 24 ਘੰਟੇ ਬਿਜਲੀ ਆਵੇ ਲੋਕਾਂ ਦੇ ਘਰਾਂ ਦੇ ਵਿੱਚ, ਪਰ ਦੂਸਰੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਅਫਸਰ ਫੋਨ ਨਹੀਂ ਚੱਕਦੇ। ਸਾਡੇ ਏਰੀਏ 'ਚ ਤਾਂ ਲਾਈਟ ਨਹੀਂ ਆ ਰਹੀ ਜੀ, ਅਸੀਂ ਆਪਣੇ ਏਰੀਏ ਗੱਲ ਕਰਦੇ ਹਾਂ। ਸਾਨੂੰ ਨਹੀਂ ਪਤਾ ਸਰਕਾਰ ਕਿਹੜੇ ਏਰੀਏ 'ਚ ਲਾਈਟ ਦੇ ਰਹੀ ਹੈ, ਨਹੀਂ ਦੇ ਰਹੀ ਹੈ। ਲਾਈਵ ਐਵੀਡੈਂਸ ਹੈ ਸਾਡੇ ਕੋਲ, ਮੋਰ ਦੈਨ 100 ਕੰਪਲੇਂਟ ਰਜਿਸਟਰਡ ਹੈਗੀਆਂ ਨੇ ਜਿਹੜੀਆਂ ਅਸੀਂ ਰੋਜ਼ ਕਰਦੇ ਹਾਂ, ਜਿਹਦੀ ਕੋਈ ਸੁਣਵਾਈ ਨਹੀਂ ਹੁੰਦੀ। ਹੁਣ ਕਿੰਨਾ ਸਮਾਂ ਹੋ ਗਿਆ ਜੀ ਲਾਈਟ ਦੇ? ਹੁਣ ਅੱਜ ਸਾਡੇ 17 ਘੰਟੇ ਹੋ ਚੁੱਕੇ ਨੇ, ਅਸੀਂ MLA ਸਾਹਿਬ ਨੂੰ ਰਿਕੁਐਸਟ ਕਰਕੇ ਲਾਈਟ ਚਲਵਾਈ, 15 ਮਿੰਟ ਫਿਰ ਚਲੀ ਗਈ। ਹੁਣ ਵੀ ਅਸੀਂ ਉੱਦਾਂ ਹੀ ਸਫ਼ਰ ਕਰ ਰਹੇ ਹਾਂ ਜੋ ਪਿਛਲੇ 17 ਘੰਟੇ ਤੋਂ ਕਰ ਰਹੇ ਸੀ। MLA ਸਾਹਿਬ ਨੂੰ ਕੰਪਲੇਂਟ ਕੀਤੀ ਹੈ ਜੀ, ਉਹ ਲਾਈਟ ਆਈ ਫਿਰ ਚਲੇਗੀ, ਤਾਂ ਹੁਣ ਸੜਕਾਂ 'ਤੇ ਤੁਸੀਂ ਖੜ੍ਹੇ ਹੋ ਜੀ? ਸਰ ਦੇਖੋ ਜੀ, ਆਹ ਤਾਰਾਂ ਦੇਖੋ, ਇੱਧਰ ਇੱਕ ਫੇਜ਼ ਤਾਂ ਹੈ ਹੀ ਨਹੀਂ ਜੀ, ਬਾਕੀ ਜੇ 2 ਫੇਜ਼ ਆ ਉਹ 3ਜਾ ਫੇਜ਼ ਉਹਦੇ ਨਾਲ ਜੁੜਿਆ ਹੋਇਆ। ਲਾਈਟ ਜਿਹੜੀ ਆ ਘੰਟੇ ਬਾਅਦ ਬੰਦ ਹੋ ਜਾਂਦੀ ਆ, ਫਿਰ ਅਸੀਂ ਜਦੋਂ ਸ਼ਿਕਾਇਤਾਂ ਕਰਦੇ ਹਾਂ ਜੀ, ਬਹੁਤ ਜ਼ੋਰ ਲਾਉਂਦੇ ਹਾਂ ਕਹਿ ਕੇ, ਜਦੋਂ ਠੀਕ ਹੁੰਦੀ ਹੈ ਜੀ 2 ਘੰਟੇ ਬਾਅਦ ਫਿਰ ਖਰਾਬ ਹੋ ਜਾਂਦੀ ਹੈ। ਇਹ ਤਾਰਾਂ ਦਾ ਬਹੁਤ ਹੀ ਮਾੜਾ ਹਾਲ ਆ ਇੱਥੇ, ਇਹ ਤਾਰਾਂ ਇੰਨੀਆਂ ਮਾੜੀਆਂ ਨੇ
ਕਿਸੇ ਵੇਲੇ ਵੀ ਅੱਗ ਲੱਗਣ ਦਾ ਖਤਰਾ ਜੀ ਲੱਗਦਾ ਜੀ। ਪੌਸ਼ ਏਰੀਆ, ਨਗਰ ਨਿਗਮ ਦਾ ਏਰੀਆ, ਟੈਕਸ ਪੇਅਰ ਹੋ, ਬਿਲਕੁਲ ਕਿਤੇ ਨਾ ਕਿਤੇ ਜਿਹੜੀ ਡਿਮਾਂਡਸ ਹੈਗੀ ਆ ਤੁਹਾਡੀ ਉਹ ਕਿਤੇ ਜਾਇਜ਼ ਆ, ਅਫਸਰ ਸੁਣਵਾਈ ਨਹੀਂ ਕਰ ਰਹੇ। ਦੇਖੋ ਸਾਡਾ ਜੀ 125 ਗਜ਼ ਅਰਬਨ ਸਟੇਟ ਫੇਜ਼ 1 ਦਾ ਏਰੀਆ ਜੀ, ਬੜਾ ਵਧੀਆ ਏਰੀਆ, ਪੌਸ਼ ਏਰੀਆ। ਔਰ ਇੱਥੇ ਇਹਨਾਂ ਨੂੰ ਚਾਹੀਦਾ ਵੀ ਤਾਰਾਂ ਇਹ ਚੇਂਜ ਕਰਨ, ਜਿਹੜੀ ਤਾਰ ਸੜੀ ਹੋਈ ਹੈ ਜਦ ਤੱਕ ਤਾਰਾਂ ਨੂੰ ਚੇਂਜ ਨਹੀਂ ਕਰਦੇ ਤਦ ਤਾਂ ਮਸਲਾ ਹੱਲ ਨਹੀਂ ਹੋਣਾ। ਅਸੀਂ ਬੜੀ ਬੇਨਤੀ ਕੀਤੀ ਹੈ, ਉਹ ਮਾੜਾ ਜਿਹਾ ਜੋੜ ਲਾ ਕੇ ਚਲੇ ਜਾਂਦੇ ਆ, 2 ਘੰਟੇ ਬਾਅਦ ਜੋੜ ਫੇਰ ਖੁੱਲ ਜਾਂਦਾ ਜੀ, ਇੰਨਾ ਬੁਰਾ ਹਾਲ ਹੈ। ਹੋਰ ਵੀ ਗੱਲਬਾਤ ਕਰਾਂਗੇ ਮਾਤਾ ਜੀ। ਸਫ਼ਰ ਕਰ ਰਹੇ ਹੋ, ਬਿਜਲੀ ਨਾ ਆਉਣ ਕਰਕੇ ਸੜਕਾਂ 'ਤੇ ਉਤਰੇ ਹੋ ਅੱਜ? ਦੇਖੋ ਇੱਦਾਂ ਹੈ ਕਿ ਮੇਰੇ ਵਰਗਾ ਤਾਂ ਮੈਂ ਸਲੀਪਿੰਗ ਪਿਲਸ ਲੈ ਕੇ ਸੌਂਦੀ ਹਾਂ, 2 ਖਾਂਦੀ ਹਾਂ ਰਾਤ ਨੂੰ, ਔਰ ਜਦੋਂ ਲਾਈਟ ਜਾਂਦੀ ਹੈ ਉਦੋਂ ਤੁਸੀਂ ਸੋਚ ਸਕਦੇ ਹੋ ਕਿ ਸਾਡੇ ਕੀ ਹਾਲ ਹੁੰਦਾ। ਮਤਲਬ ਕਹਿਣ ਦਾ ਕਿ ਅਸੀਂ ਪੇਸ਼ੈਂਟ ਹਾਂ ਹੁਣ ਏਜ਼ ਵਾਈਜ਼, ਔਰ ਜਦੋਂ ਲਾਈਟ ਜਾਂਦੀ ਹੈ ਤਾਂ ਸਾਰੀ ਰਾਤ ਬੈਠ ਕੇ ਕੱਟਣੀ ਸਾਡੇ ਵਾਸਤੇ ਬਹੁਤ ਮੁਸ਼ਕਿਲ ਹੈ। ਬਾਕੀ ਡੇਜ਼ੀ ਬੋਲੀ ਲੱਗਦਾ ਜੀ ਕਿਤੇ ਨਾ ਕਿਤੇ ਕੰਪਲੇਂਟਸ ਕੀਤੀ ਨੂੰ ਵੀ ਉਹ ਕਹਿੰਦੇ ਕਿ 100-100 ਕੰਪਲੇਂਟਸ ਕਰਤੀਆਂ, ਹਰ ਘਰ ਨੇ ਕੰਪਲੇਂਟਸ ਕੀਤੀਆਂ ਨੇ। ਫੋਨ ਹੀ ਨਹੀਂ ਚੁੱਕਦੇ, ਕੋਈ ਫੋਨ ਨਹੀਂ ਚੁੱਕਦੇ, ਉਹ ਕੋਈ ਫੋਨ ਨਹੀਂ ਚੁੱਕਦੇ, ਜਿੱਥੇ ਮਰਜ਼ੀ ਫੋਨ ਕਰ ਲਓ ਰਾਤੀ ਸਾਰੀਆਂ ਲਾਈਨਾਂ ਉਹਨਾਂ ਦੀਆਂ ਬਿਜ਼ੀ ਹੁੰਦੀਆਂ। ਮਤਲਬ ਨਹੀਂ ਪੈਦਾ ਹੁੰਦਾ ਕਿ ਕੋਈ ਤੁਹਾਡਾ ਫੋਨ ਚੁੱਕ ਲਵੇ, ਕੋਈ ਮਤਲਬ ਨਹੀਂ ਪੈਦਾ ਹੁੰਦਾ ਤੁਹਾਡਾ ਫੋਨ ਚੁੱਕਿਆ ਜਾਵੇ। ਸਾਡੇ ਕੋਲ 100 ਬੰਦਿਆਂ ਦਾ ਪਰੂਫ ਹੈ ਜਿਨ੍ਹਾਂ ਨੇ ਰਾਤੀ ਵਟਸਐਪ 'ਚ ਮੈਸੇਜ ਪਾਏ ਹੈ, ਬਿਜਲੀ ਬੋਰਡ ਨੂੰ ਮੈਸੇਜ ਪਾਏ ਨੇ, ਕੋਈ ਵੀ ਪਰਸਨ ਅਟੈਂਡ ਕਰਨ ਨਹੀਂ ਆਇਆ, 17 ਘੰਟੇ ਬਾਅਦ ਲਾਈਟ ਆਈ ਹੈ। ਆਦੇ ਸੋ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਜਿਹੜੇ ਮੈਸੇਜ ਕੀਤੇ ਹੋਏ ਨੇ ਪਰ ਹਾਲੇ ਤੱਕ ਕੋਈ ਵੀ ਜਿਹੜਾ ਰਿਪਲਾਈ ਨਹੀਂ ਆਇਆ। ਪਰ ਕਿਤੇ ਨਾ ਕਿਤੇ ਲੋਕ ਸਫ਼ਰ ਕਰ ਰਹੇ ਨੇ, ਹੋਰ ਵੀ ਲੋਕ ਨੇ ਅੰਕਲ ਜੀ ਸਫ਼ਰ ਕਰ ਰਹੇ ਹੋ ਕਿਤੇ ਨਾ ਕਿਤੇ ਬਿਜਲੀ ਨਾ ਆਉਣ ਕਰਕੇ। ਹੁਣ ਅੱਗੇ ਤੁਹਾਡੇ ਵੱਲੋਂ ਕਿਸ ਤਰੀਕੇ ਦੇ ਨਾਲ ਐਕਸ਼ਨ? ਪਤਾ ਲੱਗਿਆ ਸੀਗਾ ਸਾਡੇ ਏਰੀਆ ਦਾ ਜਿਹੜਾ ਟਰਾਂਸਫਾਰਮਰ ਹੈ ਲੋਡ ਜ਼ਿਆਦਾ ਹੋਣ ਕਰਕੇ ਨਵਾਂ ਸੈਂਕਸ਼ਨ ਹੋਇਆ ਹੈ, ਪਰ ਕੋਈ ਵੀ ਮੁਲਾਜ਼ਮ, ਕੋਈ STO ਐਕਸ਼ਨ, ਕੋਈ ਵੀ ਇਹ 'ਤੇ ਐਕਸ਼ਨ ਨਹੀਂ ਲੈ ਰਿਹਾ। ਔਰ ਇਸ ਟਾਈਮ 'ਤੇ ਅਗਰ ਐਕਸ਼ਨ ਨਾ ਲੈ ਗਿਆ ਤਾਂ ਉਹਨੂੰ ਸਰਦੀਆਂ ਵੀ ਗਰਮੀਆਂ ਵੀ ਤਾਂ ਸਾਨੂੰ ਕੋਈ ਜ਼ਰੂਰਤ ਹੈਗੀ ਹੈ, ਸਰਦੀਆਂ 'ਚ ਉਹਦੀ ਕੀ ਜ਼ਰੂਰਤ ਹੋਏਗੀ? ਉਹਦੇ ਨਾਲ ਇਸੇ ਟਰਾਂਸਫਾਰਮਰ ਚੱਲ ਜਾਏਗਾ, ਜੋ ਟਰਾਂਸਫਾਰਮਰ ਸੈਂਕਸ਼ਨ ਹੋਇਆ ਇਮੀਡੀਏਟਲੀ ਇੱਥੇ ਲਗਾਇਆ ਜਾਵੇ, ਕਿਉਂਕਿ ਸਵੇਰੇ ਜੋ ਬੱਚਿਆਂ ਨੇ ਜੋ ਜਾਣਾ ਹੁੰਦਾ ਸਾਰੀ ਰਾਤ ਬੱਚੇ ਜਾਗਦੇ ਆ, ਸਵੇਰੇ ਸਕੂਲਾਂ 'ਚ ਨਹੀਂ ਜਾ ਸਕਦੇ, ਔਰ ਬੱਚਿਆਂ ਨੂੰ ਛੁੱਟੀਆਂ ਕਰਨੀਆਂ ਪੈਂਦੇ, ਮਤਲਬ ਜ਼ਰੂਰੀ ਉਹਨਾਂ ਨੂੰ ਛੁੱਟੀ ਕਰਨੀ ਪੈਂਦੀ ਹੈਗੀ ਹੈ, ਅਤੇ ਉਹਨਾਂ ਦੀ ਪੜ੍ਹਾਈ ਸਰਕਾਰ ਨੂੰ ਸਰਕਾਰ ਦੇ ਕਿਸੇ ਨੁਮਾਇੰਦੇ ਦੇ ਨਾਲ ਗੱਲਬਾਤ ਹੋ ਪਾਈ ਹੈ? ਹਾਂ, ਕਈਆਂ ਨੇ ਕੰਪਲੇਂਟਾਂ ਕੀਤੀਆਂ ਹੈਗੀਆਂ, ਫੋਨ ਕੋਈ ਨਹੀਂ ਉਠਾ ਰਿਹਾ। MLA ਸਾਹਿਬ ਨਾਲ ਕੋਈ ਗੱਲਬਾਤ ਹੋਈ ਹੈ? ਮੈਂ ਇਸ ਮਹੱਲੇ ਦਾ ਪ੍ਰਧਾਨ ਹੈ ਜੀ, ਮੇਰੀ ਤਕਰੀਬਨ ਹਰ ਅਫਸਰ ਨਾਲ, ਹਰ ਡਿਪਾਰਟਮੈਂਟ ਨਾਲ ਗੱਲ ਹੋਈ ਹੈ, ਔਰ ਸਾਡੀ ਇੱਥੇ 1500 ਵੋਟ ਹੈਗੀ ਹੈ ਜੀ। ਅਸੀਂ ਅਗਰ ਸਾਡੇ ਏਰੀਏ 'ਚ ਨਹੀਂ ਸੁਣਵਾਈ ਹੋਏਗੀ, ਸਾਡੇ ਲਈ ਕੋਈ ਸਰਕਾਰ ਨਹੀਂ ਹੈ, ਸਾਡੇ ਲਈ ਕੋਈ ਡਿਪਾਰਟਮੈਂਟ ਨਹੀਂ ਹੈ, ਅਸੀਂ ਆਪਣੇ ਬਲੋਕ ਦੇ ਲਈ ਕਰਨਾ। ਅੱਜ ਅਸੀਂ ਤੁਹਾਨੂੰ ਰਿਕੁਐਸਟ ਕੀਤੀ ਹੈ, ਬੋਏ ਤੁਹਾਡੇ ਥਰੂ ਸਰਕਾਰ ਤੱਕ ਔਰ ਡਿਪਾਰਟਮੈਂਟ ਤੱਕ ਆਪਣੀ ਰਿਕੁਐਸਟ ਪਹੁੰਚਾ ਰਹੇ ਹਾਂ। ਨੈਕਸਟ ਹੋਊਗਾ ਸਾਡਾ, ਅਸੀਂ ਪੁਲ 'ਤੇ ਆਪਣਾ ਜਾਮ ਲਾਵਾਂਗੇ, 1200 ਬੰਦਾ ਅਸੀਂ ਉਹਦੇ ਪੁਲ 'ਤੇ ਬੈਠ ਜਾਵਾਂਗੇ ਅਤੇ ਪੂਰੇ ਲੁਧਿਆਣੇ ਨੂੰ ਧੜਥੱਲੀ ਪੈ ਜਾਏਗੀ। ਸਾਡੀ ਰਿਕੁਐਸਟ ਹੈ ਸਾਡੇ ਮਸਲੇ ਨੂੰ ਜਲਦੀ ਤੋਂ ਜਲਦੀ ਸੋਲਵ ਕੀਤਾ ਜਾਵੇ, ਨਹੀਂ ਤਾਂ ਨੈਕਸਟ ਚੈਨਲ ਸਾਡਾ ਜਿਹੜਾ ਵਾ ਉਹ ਅਸੀਂ ਪੁਲ 'ਤੇ ਬੈਠ ਕੇ ਪੂਰਾ ਤਰ੍ਹਾਂ ਬਲੋਕ ਕਰਾਂਗੇ। ਸਾਡਾ ਐਕਸ਼ੀਅਨ ਕੋਈ ਨਹੀਂ ਸੁਣਦਾ, ਦਵਿੰਦਰ ਸਿੰਘ ਕੰਮ ਕਰਕੇ ਰਾਜ਼ੀ ਨਹੀਂ ਹੈ। ਅਤੇ ਹੁਣ ਫਿਰ ਘਰਾਂ ਦੇ ਵਿੱਚ ਤੁਸੀਂ ਕਿਵੇਂ ਰਹਿ ਰਹੇ ਹੋ? ਇਹ ਵੀ ਕਿਤੇ ਨਾ ਕਿਤੇ ਵੱਡਾ ਸਵਾਲ ਹੈ। 19 ਘੰਟਿਆਂ ਤੋਂ ਤੁਸੀਂ ਲਾਈਟ ਨਹੀਂ ਹੈਗੀ, ਸਫ਼ਰ ਕਰ ਰਹੇ ਹੋ, ਕੀ ਪਾਰਕ ਦੇ ਵਿੱਚ ਬੈਠੇ ਹੋ, ਕਿਵੇਂ ਫਿਰ ਮਤਲਬ ਸਫ਼ਰ ਕਰ ਰਹੇ ਹੋ? ਸਾਡੇ ਇਨਵਰਟਰ ਟੋਟਲ ਜਵਾਬ ਦੇ ਚੁੱਕੇ ਨੇ, ਜਨਰੇਟਰ ਜਵਾਬ ਦੇ ਚੁੱਕੇ ਨੇ। ਅਸੀਂ ਅੱਜ ਦੀ ਡੇਟ ਦੇ ਵਿੱਚ ਇੱਕ ਦੂਜੇ ਦਾ ਮੂੰਹ ਦੇਖ ਕੇ ਜਾਂ ਸਿਰਫ ਡਿਪਾਰਟਮੈਂਟ ਦੇ ਚੱਕਰ ਕੱਟ ਕੱਟ ਕੇ ਪਰੇਸ਼ਾਨ ਹੋ ਜਾਂਦੇ ਹਾਂ। ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਉਮੀਦ ਦੇ ਵਿੱਚ ਮਿੱਠੀ ਗੋਲੀ ਦਿੱਤੀ ਜਾਂਦੀ ਹੈ ਵੀ ਘੰਟੇ ਠੀਕ ਹੋ ਜੂ, ਘੰਟਾ ਵੇਟ ਕਰਦੇ ਹਾਂ ਫਿਰ ਚਲੇ ਜਾਂਦੇ ਹਾਂ, ਕੰਮ ਕਾਰ ਛੱਡ ਕੇ ਅਸੀਂ ਇੰਨਾ ਮਾਰ ਲੱਗੇ ਹੋਏ ਹਾਂ। ਮਾਤਾ ਜੀ ਤੁਸੀਂ ਕੀ ਕਹਿ ਰਹੇ ਹੋ? ਤੁਸੀਂ ਵੀ ਕੁਛ ਕਹਿ ਰਹੇ ਸੀ? ਬੱਚੇ, ਮੈਂ ਸ਼ੂਗਰ ਪੇਸ਼ੈਂਟ ਹਾਂ, ਸਾਰੀ ਰਾਤ ਲਾਈਟ ਨਹੀਂ ਹੁੰਦੀ, ਸ਼ੂਗਰ ਡਾਊਨ, ਬੱਚੇ ਸਕੂਲ ਨਹੀਂ ਜਾ ਪਾ ਰਹੇ, ਛੁੱਟੀਆਂ ਹੋ ਰਹੀਆਂ ਨੇ, ਇਸ ਹਾਲਤ 'ਚ ਅਸੀਂ ਤਾਂ ਵੋਟ ਨਹੀਂ ਪਾਉਣੇ ਕਿਸੇ ਨੂੰ।